ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਮਨਦੀਪ ਕੌਰ ਰਾਮਗੜੀਆ ਬਠਿੰਡਾ ਸ਼ਹਿਰੀ ਤੋਂ। ਜਿਵੇਂ ਕਿ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਕੋਰੋਨਾ ਦੀ ਮਹਾਮਾਰੀ ਕਾਰਨ ਦਿਨੋ ਦਿਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਪਰ ਆਪਣੀ ਪੰਜਾਬ ਸਰਕਾਰ ਇਸ ਦਾ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕਰ ਰਹੀ। ਨਾ ਹੀ ਆਕਸੀਜਨ, ਨਾ ਹੀ ਵੈਂਟੀਲੇਟਰ, ਅਤੇ ਨਾ ਹੀ ਸਰਕਾਰੀ ਹੌਸਪੀਟਲਾਂ ਦੇ ਵਿੱਚ ਡਾਕਟਰ, ਅਤੇ ਨਾ ਹੀ ਸਟਾਫ। ਇਹ ਤਾਂ ਇੱਦਾਂ ਲੱਗ ਰਿਹਾ ਜਿਵੇਂ ਇਹਨਾਂ ਨੇ ਆਪਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੋਵੇ। ਇਹਨਾਂ ਨੇ ਲੋਕਡਾਊਨ ਤਾਂ ਲਗਾਤਾ, ਪਰ ਇਹਨਾਂ ਨੇ ਇਹ ਸੋਚਿਆ ਕਿ ਲੋਕ ਆਪਣੀਆਂ ਦੁਕਾਨਾਂ ਦੇ ਕਿਰਾਏ, ਮੁਲਾਜ਼ਮਾਂ ਦੀਆਂ ਤਨਖਾਹਾਂ, ਘਰਾਂ ਦੇ ਖਰਚ, ਬਿਜਲੀ ਦੇ ਬਿੱਲ, ਬੱਚਿਆਂ ਦੀਆਂ ਫੀਸਾਂ ਹੀ ਕਿੱਥੋਂ ਦੇਣਗੇ। ਪੰਜਾਬ ਸਰਕਾਰ ਦੇ ਇਹਨਾਂ ਗੱਲਾਂ ਵੱਲ ਕੋਈ ਧਿਆਨ ਹੀ ਨਹੀਂ ਹੈਗਾ ਗਾ। ਲੋਕ ਆਉਣ ਵਾਲੇ ਸਮੇਂ ਦੇ ਵਿੱਚ ਕੋਵਿਡ ਨਾਲ ਘੱਟ, ਈਵਨ ਕਿ ਭੁੱਖਮਰੀ ਅਤੇ ਟੈਂਸ਼ਨ ਨਾਲ ਵੱਧ ਮਰਨਗੇ। ਪਰ ਇਸ ਦੇ ਨਾਲ ਹੀ ਸਾਡੇ ਦਿੱਲੀ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ 72 ਲੱਖ ਲੋਕਾਂ ਨੂੰ 2-2 ਮਹੀਨਿਆਂ ਦਾ ਰਾਸ਼ਨ, ਮਜ਼ਦੂਰਾਂ ਨੂੰ ਅਤੇ ਆਟੋ ਟੈਕਸੀ ਡਰਾਈਵਰਾਂ ਨੂੰ 5,000 ਰੁਪਏ, ਅਤੇ ਕੋਵਿਡ ਤੋਂ ਪੀੜਿਤ ਮਰੀਜ਼ਾਂ ਨੂੰ 10,000 ਰੁਪਏ ਦੇ ਰਹੀ ਹੈਗੀ। ਅਤੇ ਇਸ ਦੇ ਨਾਲ ਹੀ 1,000-1,000 ਬੈੱਡਾਂ ਦੇ ਕੋਵਿਡ ਹੋਸਪਿਟਲ ਵੀ ਤਿਆਰ ਕੀਤੇ ਜਾ ਰਹੇ ਨੇ। ਅਤੇ ਕੇਂਦਰ ਸਰਕਾਰ ਜੋ ਹੈ ਆਪਣਾ ਹੈਲਥ ਸਿਸਟਮ ਦਿੱਲੀ ਦੇ ਨੂੰ ਬਦਨਾਮ ਕਰਨ ਦੇ ਲਈ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਅਤੇ ਪੰਜਾਬ ਦੇ ਲੋਕਾਂ ਨੂੰ ਹੁਣ ਤੱਕ ਇਹ ਤਾਂ ਸਮਝ ਜਾਣਾ ਚਾਹੀਦਾ ਕਿ ਸਰਕਾਰ ਸਾਡੇ ਲਈ ਕੀ ਕਰ ਰਹੀ ਹੈ। ਅਤੇ ਆਪਾਂ ਨੂੰ ਸਰਕਾਰ ਦੀ ਉਮੀਦ ਛੱਡ ਕੇ ਆਪਣਾ ਆਪਸ ਦੇ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈਗੀ। ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ, ਅਤੇ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੀ, ਜਿਵੇਂ ਆਪਾਂ ਪਿਛਲੇ ਸਮੇਂ ਤੋਂ ਹੀ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਾਂ, ਉਸੇ ਤਰ੍ਹਾਂ ਹੀ ਸਹਾਇਤਾ ਕਰਨੀ ਚਾਹੀਦੀ ਹੈ। ਅਤੇ ਪਲੀਜ਼ ਕੋਵਿਡ ਨਾਲ ਰਿਲੇਟਡ ਸਾਰੀਆਂ ਸਾਵਧਾਨੀਆਂ ਵਰਤੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।